ਜਿਹੜੇ ਬਾਬੇ ਚ ਜੁਰਤ ਹੈ ਨਾ, ਜਿਹੜਾ ਕਹਿੰਦਾ ਕਹਾਉਂਦਾ ਆਵੇ ਜਰੂਰ ਦੱਸੋ ਮੈਂ ਕਿੱਥੇ ਜਾਵਾਂ। ਅਜੇ ਢੰਗਰੀ ਵਾਲਾ ਵੀ ਕਹਿੰਦਾ ਸੀ ਗੁਰੂ ਤਾਂ ਸਾਡੇ ਵਰਗੇ, ਮੈਂ ਕਿਹਾ ਪੁੱਤ ਤੈਨੂੰ ਤੱਤੀ ਤਰੀ ਚ ਬਿਠਾਉਣਾ, ਬਿਠਾਊਂਗਾ ਜ਼ਰੂਰ ਜਿੱਦਣ ਤੂੰ ਮਿਲਿਆ, ਤੇ ਜਦ ਤੂੰ ਤੱਤੀ ਤਵੀ ਛੱਡ ਤੂੰ ਗਰਮ ਨੇ ਤਵੇ ਤੇ ਉਂਗਲ ਰੱਖ ਕੇ ਦਿਖਾ ਦੇ। ਆਹ ਤਾਂ ਸਾਡੇ ਬਾਬਿਆਂ ਦਾ ਇਹ ਸਾਰਾ ਨੂੰ ਜਾਣਦਾ ਵੀ ਇਹ ਕੀ ਕਰਦੇ ਨੇ, ਬਾਬੇ ਕਿਵੇਂ ਬਣੇ, ਕੀ ਗੱਲ ਇਹਨਾਂ ਦੇ ਮਹਾਰਾਜ ਜੋ ਕਿਰਦਾਰ ਨੇ ਰਾਬੀ ਬਚਾਏ ਮੈਂ ਬਿਆਨ ਨਹੀਂ ਕਰ ਸਕਦਾ। ਸਾਡੇ ਵਾਲੇ ਵੀ ਕਮਲ ਦਾ ਘਾਟਾ ਨੇ, ਬਾਬਾ ਜੀ ਮੇਰਾ ਘਰ ਵਾਲਾ ਮੈਨੂੰ ਪਿਆਰ ਨਹੀਂ ਕਰਦਾ ਕੁਛ ਕਰੋ, ਔਰ ਬਾਬਾ ਆਹ ਧਾਗਾ ਬੰਨ ਕੇ ਬੱਚਾ ਆ ਜਾਏਗਾ। ਜੋ ਕੁਛ ਹੋ ਰਿਹਾ ਸੀ ਰੱਬ ਦੇ ਹੁਕਮ ਨਾਲ ਹੋ ਰਿਹਾ, ਹੁਕਮ ਰਜਾਈ ਚਰਨਾ ਨਾਨਕ ਲਿਖਿਆ ਨਾਲ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾ ਤੁਸੀਂ ਕਰ ਰਹੇ ਹੋ, ਨਾ ਸਮਾਜ ਕਰ ਰਿਹਾ, ਨਾ ਮੈਂ ਕਰ ਰਿਹਾ, ਮੇਰੇ ਵੀਰ ਪਿਆਰੇ ਇਹ ਜੋ ਕਰ ਰਹੇ ਉਹੀ ਕਰ ਰਿਹਾ, ਅਤੇ ਉਹਦੀ ਖੇਡ ਉਹੀ ਜਾਣੇ। ਬੜੇ ਬੜੇ ਗਿਆਨੀ ਧਿਆਨੀ ਬਾਬੇ ਜੋ ਤੁਸੀਂ ਕਹਿੰਦੇ ਹੋ ਮੇਰੇ ਨਾਲ ਵਾਰਤਾਲਾਪ ਨਹੀਂ ਕਰਦੇ, ਪਤਾ ਨਹੀਂ ਕਿਉਂ, ਮੈਂ ਕਈ ਵਾਰੀ ਕਿਹਾ ਮੈਂ ਸਾਰੇ ਇਕੱਠੇ ਹੋ ਕੇ ਆਓ ਆਪਾਂ ਬੈਠੀਏ ਪ੍ਰੈਸ ਦੇ ਨਾਲ ਅਤੇ ਵਾਰਤਾਲਾਪ ਕਰ ਲਈਏ। ਉਹ ਕਹਿੰਦੇ ਭਾਈ ਤੇਰਾ ਕੋਈ ਪਤਾ ਨਹੀਂ ਕਿ ਸਾਡੇ ਚਾਟਰਾ ਮਾਰਦੇ। ਮੈਂ ਕਹਿੰਦਾ ਇੱਦੀ ਗੱਲ ਨਹੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਕੌਣ, ਤੁਹਾਡੀ ਡੇਰੇ ਖੋਲ੍ਹ ਰੱਖੇ ਹੈ ਨਾ, ਅਤੇ ਜਿਹੜੇ ਲੋਕਾਂ ਨੂੰ ਆਪਾਂ ਤੁਹਾਨੂੰ ਗੱਲ ਸੁਣਨ ਦਾ ਹਾਲ ਕੀ ਹੈ, ਹੁਣ ਤੁਸੀਂ ਗੱਲ ਛੇੜ ਲਈ ਤਾਂ ਮੈਨੂੰ ਤੁਹਾਡੇ ਨਹੀਂ ਜਾਂਦਾ। ਇੱਕ ਨਾ ਬਾਬਾ ਬੈਠਾ ਸੀ ਬਾਈ ਜੀ, ਬਾਬਾ ਬੈਠਾ ਅਤੇ ਦੁਨੀਆ ਨਾਲ ਖੜੀ, ਬ੍ਰਹਮੰਡ ਮੈਂ ਐਸਾ ਹੋ ਰਿਹਾ ਹੈ, ਅਬ ਪ੍ਰਭੂ ਇੱਧਰ ਜਾ ਰਹੇ ਹੈ, ਉੱਥੋਂ ਫਲਾਨਾ ਆ ਰਿਹਾ ਹੈ, ਹੁਣ ਮੱਥਾ ਟਿਕਿਆ ਹੈ, ਹੁਣ ਐ ਹੋਇਆ ਹੈ, ਹੁਣ ਤੁਹਾਡੇ ਕਦਮਾਂ ਜਾ ਰਿਹਾ ਹੈ, ਜੋ ਜਹਾਨ ਦਾ ਰੌਲਾ ਪਾਇਆ ਅਤੇ ਉੱਥੇ ਉਹਦੇ ਵੱਡਾ ਵੱਡਾ ਰੱਖਿਆ ਡੋਲੂ, ਉਹਦੇ ਵਿੱਚ ਡਾਲਰ ਕੁਝ ਪੈਸੇ ਕੁਝ ਚੱਲਣ ਦੇ ਉਹ ਭਰ ਗਿਆ, ਅਤੇ ਦੇਖ ਵੀ ਲੈ ਕਰੇ ਅਤੇ ਫਿਰ ਲੱਗ ਪਿਆ ਕਰੇ, ਅਤੇ ਗੁਰੂ ਨਾਨਕ ਦੇਵ ਜੀ ਲੰਘੀ ਜਾਂਦੇ ਸੀ ਕੋਲ, ਅੱਖ ਮੀਚੀ ਹੋ ਰਹੀ ਹੈ, ਪ੍ਰਭੂ ਆਪਸੇ ਕਹਿ ਰਹੇ ਹੈ ਕਿ ਬੱਚਾ ਉਹ ਫਲਾਨਾ ਜੋ ਵੀ ਪੁੱਤ ਉਹ ਐ ਕਹਿ ਰਿਹਾ, ਬਤੇਰੇ ਸੱਤਾਂ ਪੁੱਛਦੇ ਤਾਂ ਬਾਪੂ ਭੁੱਖਾ ਪਿਆ, ਉਹ ਜੰਗਲ 'ਚ ਸ਼ੇਰ ਬਣਿਆ, ਜਾ ਪੁੱਤ ਰੋਟੀ ਖਵਾਇਆ ਜੀ ਗੱਲਾਂ ਕਰਦੇ। ਬਾਬਾ ਜੀ ਨੇ ਉਹ ਚੱਕਿਆ ਉਹਦਾ ਡੋਲੂ ਅਤੇ ਪਿੱਛੇ ਰੱਖਤਾ, ਅਤੇ ਇੱਕਦਮ ਅੱਖ ਖੋਲੀ, ਕਹਾਂ ਗਿਆ ਕਹਾਂ ਗਿਆ, ਉਹ ਪੈਸੇ ਕਿੱਥੇ ਗਏ, ਪੁਰਾਣਾ ਕਿੱਥੇ ਗਿਆ। ਬਾਬਾ ਜੀ ਕਹਿੰਦੇ ਊਂ ਤਾਂ ਤੂੰ ਪ੍ਰਮੰਡਾ ਖੰਡਾਂ ਦੀਆਂ ਗੱਲਾਂ ਸੁਣਾਉਣਾ, ਅਤੇ ਤੈਨੂੰ ਇਹ ਨਹੀਂ ਪਤਾ ਤੇਰਾ ਪੀਪਾ ਕਿੱਥੇ ਪਿਆ। ਮੇਰੀ ਗੱਲ ਤੁਹਾਨੂੰ ਸ਼ਾਇਦ ਸਮਝ ਆ ਗਈ, ਕਿਉਂਕਿ ਸਾਡਾ ਇਹ ਹਾਲ ਹੈ ਜੀ। ਪਰ ਗੱਲ ਇਹ ਹੈ ਕਿ ਝੂਠ ਦਾ ਪੰਡੌਰ ਜਿੰਨਾ ਮਰਜ਼ੀ ਕੁੱਟੀ ਜਾਓ, ਸਾਡੇ ਵਾਲੇ ਵੀ ਕਮਲਾਂ ਦਾ ਘਾਟਾ ਨਹੀਂ। ਅਤੇ ਬਾਬਾ ਜੀ ਮੇਰਾ ਘਰ ਵਾਲਾ ਮੈਨੂੰ ਪਿਆਰ ਨਹੀਂ ਕਰਦਾ ਕੁਛ ਕਰੋ, ਔਰ ਬਾਬਾ ਆਹ ਧਾਗਾ ਬੰਨ ਕੇ ਬੱਚਾ ਆ ਜਾਏਗਾ ਤੁਹਾਡੇ ਘਰ। ਬਾਬਾ ਜੀ ਮੇਰਾ ਮੁੰਡਾ ਨਾ ਮੇਰੇ ਕਹਿਣਾ ਨਹੀਂ ਮੰਨਦਾ, ਬਾਬਾ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ, ਮੇਰੇ ਸਾਰਾ ਗੱਲ ਉਹ ਕਦੇ ਕਰ ਨਹੀਂ, ਬਾਬਾ ਚ ਸਾਰੇ ਬਾਬੇ ਦੇ ਘਰੇ ਆਪ ਅੱਗ ਲੱਗੀ ਹੈ, ਛਿੱਤਰੋ ਛਿੱਤਰੀ ਉਹ ਹੁੰਦਾ, ਰੋਜ਼ ਜਲਾਨੀ ਰੋਜ਼ ਉਹਨੂੰ ਕੁੱਟਦੀ ਹੈ, ਭੱਜਿਆ ਫਿਰਦਾ ਹੈ, ਕਦੇ 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 ਕਹਿੰਦੇ ਬਾਬਾ ਪ੍ਰਵਚਨ ਕਰਕੇ ਦੱਸ ਰਿਹਾ। ਆਹ ਤਾਂ ਸਾਡਾ ਹਾਲ ਹੈ ਸਾਰਿਆਂ ਦਾ, ਡੇਰਿਆਂ ਤੇ ਜਾਓ ਮੱਥਾ ਟੇਕੋ। ਮੈਂ ਤਾਂ ਆਪ ਬਾਬਾ ਬਣਨ ਨੂੰ ਕਹਿੰਦਾ, ਮੈਂ ਭਾਈ ਜੀ ਨੂੰ ਆਖਿਆ ਚ ਰਹਿ ਭਾਈ ਨੂੰ ਆਸਟ੍ਰੇਲੀਆ, ਮੈਂ ਕਿਹਾ 100 ਕਿੱਲਾ ਲੈ ਕੇ ਬਾਬਾ ਨਾ ਬਣ ਜਾਈਏ, ਬਾਬਾ ਜੀ ਦਸਤੀ ਤੋਂ ਉਤਰੇ ਜੀ, ਕਿਆ ਬਾਤ ਹੈ, ਉੱਥੇ ਹੀ ਟੇਕਣਾ 10 ਬੰਦਿਆਂ ਨੇ, ਸਾਰਾ ਜਗਤ ਨਾਲ ਤੁਰੂਗਾ। ਆਹ ਹਾਲ ਹੈ ਸਾਡਾ, ਕੀ ਕਰੀਏ, ਤੇ ਉਹ ਦੇਖ ਰਿਹਾ ਉਹ ਫਿਰ ਚਰਖ ਤੇ ਚਲਾਉਂਦਾ, ਲੰਬੀ ਇਹ ਵੀ ਸੁਣ ਲਿਓ। ਹੁਣ ਹੁੰਦਾ ਇਹੋ ਜਿਹੀਆਂ ਰੂਹਾਂ ਜਾਂਦੀਆਂ ਦਰਗਾਹ ਚ, ਉੱਥੇ ਫਿਰ ਬੈਠਾ ਹੁੰਦਾ ਇੱਕ ਬਾਬਾ ਡਾਂਗ ਲੈ ਕੇ, ਆਹ ਵਹੀ ਕਹਿੰਦਾ ਮੋੜਿਆ ਅੱਗੇ ਨੂੰ ਦੱਸੋ, ਉਹ ਕਹਿੰਦਾ ਵੀ ਰੂਹ ਇਹਦੀ ਅੱਗ ਚ ਪਾ,
ਉਹ ਅੱਗ 'ਚ ਪਾ ਦਿੰਦੇ ਜੀ, ਰਾਤ ਨੂੰ ਸੜਦਾ, ਹਾਏ ਮਰ ਗਿਆ, ਹਾਏ ਲੁੱਟ ਗਿਆ, ਕਹਿੰਦਾ ਬੋਲੀ ਜਾਣਦੇ ਨੂੰ, ਲਾਲਾ ਲਾਲਾ ਹੁੰਦੀ ਹੈ, ਸਵੇਰ ਹੋ ਜਾਂਦੀ, ਸੂਰਜ ਚੜ੍ਹਦਾ, ਕਹਿੰਦਾ ਝਾੜ ਨੂੰ ਝਾੜ ਕੇ ਬਰਫ਼ ਦੀ ਸਿੱਲੀ 'ਤੇ ਪਾ, ਬਰਫ਼ ਦੀ ਸਿੱਲੀ 'ਤੇ ਪਾਉਂਦਾ, ਉਹ ਮਰਦਾ, ਹਾਏ ਬਾਪੂ ਮਰ ਗਿਆ, 24 ਘੰਟੇ ਰੂਹ ਕਰਵਾਉਂਦੀ ਹੈ, ਰਾਤ ਨੂੰ ਝਾੜ ਕੇ ਫੇਰ ਅੱਗ 'ਚ ਪਾ ਦਿੰਦਾ, ਹਜ਼ਾਰਾਂ ਅਰਬਾਂ ਸਾਲ। ਹੁਣ ਤੁਸੀਂ ਦੇਖ ਲਓ ਵੀ ਉਹ ਰੂਹ ਬਣਨਾ ਜਾਂ ਉਹ ਰੂਹ ਬਣਨਾ ਜਿੱਥੇ ਮਹਾਰਾਜ ਕਹੇ ਆਸ਼ਾ ਵਾਸ਼ ਪੁੱਤਰਾ, ਤੈਨੂੰ ਭੇਜਿਆ ਸੀ ਬੰਦਾ ਬਣਾ ਕੇ, ਤੂੰ ਬਹੁਤ ਚੰਗੇ ਕੰਮ ਕਰਨਾ। ਬਸ ਮੈਂ ਇਹੀ ਕਹਿਣਾ ਸੀ, ਇਹ ਤੁਸੀਂ ਆਪਣੇ ਆਪ ਨੂੰ ਪੁੱਛੋ ਸਰ। ਮੇਰਾ ਕਾਗਜ਼ ਡਾਕਟਰਾਂ ਦੀ ਲੋੜ ਵੀ ਰਹਿਣੀ, ਇੰਜੀਨੀਅਰਾਂ ਦੀ ਲੋੜ ਹੀ ਰਹਿਣੀ, ਪਰ ਬਾਬੇ ਨੇ ਛੂ ਕਰਿਆ ਕਰਨਾ ਤੇ ਬਣ ਜਾ ਕਰਨਗੇ ਫਰਿੱਜ, ਛੂ ਕਰਿਆ ਕਰਨਾ ਤਾਂ ਹੋ ਜੂਗਾ। ਪਰ ਮੈਂ ਹੱਡ ਬੀਤੀ ਸੁਣਾ ਦੂੰ, ਤੇ ਸਾਡੇ ਕਾਕਾ ਜੀ ਯੁਵਰਾਜ ਸਿੰਘ ਜੀ ਜਾ ਕੇ ਦੇ ਬਾਬੇ ਨੂੰ ਮੱਥਾ ਟੇਕ ਦੇ ਫਲਾਨਾ, ਬਾਬਾ ਕਹਿੰਦਾ ਗੱਲ ਹੀ ਕੋਈ ਨੀ, ਇਸ ਦਾ ਕੈਂਸਰ ਠੀਕ ਹੋ ਜਾਏਗਾ, ਇੱਥੋਂ ਪਤਾ ਨੀ ਕੀ ਕਰੀ ਜਾਂਦਾ ਸੀ। ਤੇ ਮੈਨੂੰ ਕਿਹੜੇ ਕੰਮ 'ਚ ਪੈ ਗਏ ਹੈ, ਤੇ ਮੁੜ ਕੇ ਫਿਰ ਮੈਂ ਪੰਜਾਬੀ 'ਚ ਫੋਨ ਕੀਤਾ, ਮੈਂ ਕਿਹਾ ਸੂਟ ਹੋਣਾ ਕਿ ਜੁੱਤੀਆਂ ਖਾਣੀਆਂ, ਕੀ ਕਰਨਾ ਕਿ ਬਾਬਾ ਕੁੱਟਾ। ਮੈਂ ਕਿਹਾ ਉਹਨੂੰ, ਮੈਂ ਕਿਹਾ ਬਾਬੇ ਤੈਨੂੰ ਮੈਂ ਘੜੀਸ ਕੇ ਪੁੱਠਾ ਕਰਕੇ ਸਾਰਾ ਟੰਗ ਦੇਣਾ, ਤੇ ਗੋਲੀਆਂ ਤੈਨੂੰ ਮੈਂ ਸੱਚ ਮਾਰੂੰਗਾ, ਯਾਦ ਰੱਖੀ। ਜੱਜ ਨੂੰ ਕਹਿੰਦਾ ਕਹਿੰਦੇ ਉਹਨੇ ਹੀ ਬੁਲਟ ਪਰੂਫ ਸ਼ੀਸ਼ਾ ਬਣਾ ਲਿਆ ਆਪਣੇ ਆਲੇ ਦੁਆਲੇ, ਗੰਡੂ ਵਾਲੇ ਬਾਬਾ ਹੈ ਕੋਈ, ਪਤਾ ਨਹੀਂ ਕਿਹੜਾ ਬਾਬਾ ਇੱਥੇ। ਤੇ ਉਹ ਮੁੜ ਕੇ ਕਹਿੰਦਾ ਭਾਈ ਯਾਰ ਮੈਨੂੰ ਬਚਾਇਆ ਆਪਣੇ ਬਾਪੂ ਤੋਂ। ਮੈਂ ਕਿਹਾ ਇੰਨੀ ਛੇਤੀ ਡਰ ਗਏ ਤਾਂ ਮੈਂ ਐਕਸ਼ਨ ਨਹੀਂ ਕੀਤਾ, ਤੈਂ ਸਾਲੇ ਮੇਰਾ ਮੁੰਡਾ ਮਾਰਨਾ। ਮੈਂ ਕਿਹਾ ਚੁੱਪ ਕਰਕੇ ਡਾਕਟਰ ਕੋਲ ਜਾ, ਤੇ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਹੱਥ ਜੋੜਦਾ ਨਾ ਕੰਮ ਕਰ, ਡਾਕਟਰ ਨੇ ਇਲਾਜ ਕੀਤਾ ਤਾਂ ਮੁੰਡਾ ਆਪਣਾ ਠੀਕ ਹੋ ਗਿਆ, ਤੁਹਾਡੀਆਂ ਦਵਾਵਾਂ। ਔਰ ਤੁਸੀਂ ਕਿਹੜੀ ਡਾਕਟਰ ਦੀ ਕਥਾ ਕਰਦੇ ਹੋ, ਇਹ ਤਾਂ ਡੇਰਿਆਂ ਦੇ ਵਿੱਚ ਜੀ ਪੀਐਚਡੀ ਕਰੀ ਫਿਰਦੇ ਨੇ, MBBS ਬਣੇ ਫਿਰਦੇ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੋਈ ਨਹੀਂ ਟਾਈਮ ਆਉਣ ਵਾਲਾ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਕਹਿੰਦਾ ਐਂ ਕਰੋ ਵੀ ਇਹ ਮਸੰਦ ਨੇ ਨਾ ਇਕੱਠੇ ਕਰਕੇ ਜਿਉਂਦੇ ਛੱਡ ਦਿਉ, ਬੀਬੀਆਂ ਦੇ ਬੱਚਿਆਂ ਨੂੰ ਘਰ ਕਰ ਦਿਉ, ਇਹ ਗੱਲ ਹੋਣ ਵਾਲੀ ਹੈ, ਬੜੀ ਛੇਤੀ ਹੋਊਗੀ। ਅਜੇ ਢੰਡਰੀ ਵਾਲਾ ਵੀ ਕਹਿੰਦਾ ਸੀ ਗੁਰੂ ਤਾਂ ਸਾਡੇ ਵਰਗੇ ਆ, ਮੈਂ ਕਿਹਾ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ, ਬਿਠਾਊਂਗਾ ਜ਼ਰੂਰ ਜਿੱਦਣ ਤੂੰ ਮਿਲਿਆ, ਤੇ ਜਦ ਤੂੰ ਤੱਤੀ ਤਵੀ ਦੇ ਛੱਡ ਤੂੰ ਗਰਮ ਨੇ ਤਵੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗਰਮ, ਆਹ ਤਾਂ ਸਾਡੇ ਬਾਬਿਆਂ ਦਾ ਹਾਲ। ਹਜ਼ਾਰ ਸਾਲ ਦੀ ਗੁਲਾਮੀ ਭਾਜੀ ਰਹੀ ਇਸ ਦੇਸ਼ ਦੇ ਵਿੱਚ, ਹਜ਼ਾਰਾਂ ਸਾਲ ਦੀ, ਮੁਗਲ ਆਏ, ਅੰਗਰੇਜ਼ ਆਏ, ਸ਼ੁਕਰ ਕਰੋ ਗੁਰੂਆਂ ਦਾ ਜਿਹੜੇ ਪੈਦਾ ਹੋਏ ਤੇ ਅੱਜ ਆਪਾਂ ਸੁੱਖ ਦਾ ਸਾਹ ਲੈਂਦੇ। ਫਿਕਰ ਨਾ ਕਰੋ, ਕਿਹੜੇ ਗੱਲਾਂ ਕਰਦੇ, ਦੱਸੋ ਕਿੱਥੋਂ ਸ਼ੁਰੂ ਕਰਾਂ, ਇਹ ਸਾਰਿਆਂ ਨੂੰ ਜਾਣਦਾ ਵੀ ਇਹ ਕੀ ਕਰਦੇ ਨੇ, ਬਾਬੇ ਕਿਵੇਂ ਬਣੇ, ਕੀ ਗੱਲ, ਇਹਨਾਂ ਦੇ ਮਹਾਰਾਜ ਜੋ ਕਿਰਦਾਰ ਨੇ ਰਾਬੀ ਬਚਾਏ, ਮੈਂ ਬਿਆਨ ਨਹੀਂ ਕਰ ਸਕਦਾ ਭਈਆ, ਧੀਆਂ ਭੈਣਾਂ ਬੈਠੇ ਨਹੀਂ ਸੁਣੋ ਸੁਣੋ ਸੁਣ ਸੁਣੋ, ਜਿਹੜੀ ਸੰਘਾ ਗੱਲ ਕਰਦਾ, ਗੱਲ ਬੜੀ ਵਧੀਆ ਕੀਤੀ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਕਹਿੰਦੇ ਜਬ ਤੱਕ ਜੱਗ ਮੇ ਰਹੀਏ, ਕੁਛ ਸੁਣੀਏ ਕੁਛ ਕਹੀਏ, ਤੇ ਜੇ ਤੁਸੀਂ ਨਹੀਂ ਕਹਿਣਾ ਤੇ ਤੁਹਾਡੀ ਆਪਦੀ ਮਰਜ਼ੀ, ਮੈਂ ਤਾਂ ਕਹਿਣਾ ਹੀ ਕਹਿਣਾ। ਬਾਬੇ ਦਾ ਕੇਸ ਪਾਉਣਾ ਚਾਹੁੰਦਾ, ਮੈਂ ਕਹਿੰਦਾ ਮੇਰੇ ਤੋਂ 10 ਕਰੋੜ ਕੇਸ ਪਾ ਕੇ ਫਾਂਸੀ ਲਟਕਾ ਦਿਓ, ਫਿਰ ਵੀ ਇਹ ਕਰਕੇ ਔਰ ਜੀਣੇ ਵਾਲਾ ਜਿਹੜੇ ਬਾਬੇ ਚ ਜੁਰਤ ਹੈ ਨਾ, ਜਿਹੜਾ ਕਹਿੰਦਾ ਕਹਾਉਂਦਾ ਆਵੇ ਜ਼ਰੂਰ, ਦੱਸੋ ਮੈਂ ਕਿੱਥੇ ਜਾਵਾਂ, ਨਾ ਦੱਸੋ ਕੀ ਗੱਲ, ਇਹਦਾ ਵੀ ਤੁਸੀਂ ਡਰਦੇ ਹੋ, ਜਿਹਦੇ ਰੱਬ ਨਾਲ ਇੱਕ ਮਿੱਕ ਹੈ, ਜਿਹਦੇ ਗੁਰੂ 10 ਗੁਰੂ, ਜਿਹੜੇ ਜੇ ਸ਼ਹੀਦ ਬਾਬਾ ਦੀਪ ਸਿੰਘ ਦਾ ਪੁੱਤਰ ਹੋਵੇ ਤੇ ਉਹ ਫਿਰ ਡਰ ਜੇ ਤੇ ਸੱਚ ਨਾਲ ਬੋਲੇ, ਫਿਰ ਤਾਂ ਮੈਂ ਤਾਂ ਮਰ ਗਿਆ ਜਾਂਦਾ।